ਲੋਕ ਇਨਸਾਫ ਪਾਰਟੀ ਨੂੰ ਹਲਕਾ ਬਟਾਲਾ ਅੰਦਰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਪੁਲਿਸ ਲਾਈਨ ਰੋਡ ਸਥਿਤ ਸ਼ਿਵ ਨਗਰ ਕਲੋਨੀ ਵਾਸੀ ਰਜਵਿੰਦਰ ਕੌਰ ਰਾਜ ਆਪਣੀਆਂ ਅਨੇਕਾਂ ਸਾਥਣਾਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਈ। ਹਲਕਾ ਬਟਾਲਾ ਪ੍ਰਧਾਨ ਵਿਜੇ ਤ੍ਰਿਹਣ ਵੱਲੋਂ ਉਹਨਾਂ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਹੁਕਮਾਂ ਤਹਿਤ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਉਹਨਾਂ ਨੂੰ ਹਲਕਾ ਬਟਾਲਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਵਜੋਂ ਨਿਵਾਜਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਰਾਜਵਿੰਦਰ ਕੌਰ ਰਾਜ, ਜਿਨ੍ਹਾਂ ਦਾ ਹਲਕਾ ਬਟਾਲਾ ਅੰਦਰ ਕਾਫੀ ਦਬਦਬਾ ਮੰਨਿਆ ਜਾਂਦਾ ਹੈ, ਦੇ ਪਾਰਟੀ ਵਿੱਚ ਆਉਣ ਨਾਲ ਪਾਰਟੀ ਦੇ ਇਸਤਰੀ ਵਿੰਗ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਰਾਜਵਿੰਦਰ ਕੌਰ ਰਾਜ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਦਿੱਤੀ ਜ਼ਿੰਮੇਵਾਰੀ ਧੰਨਦੇਹੀ ਨਾਲ ਨਿਭਾਉਣ ਦੀ ਗੱਲ ਕਹੀ। ਰਿੰਕੂ ਰਾਜਾ ਅਤੇ ਨਰਿੰਦਰ ਪੁਰੇਵਾਲ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਹਾਂਜੀ ਤ੍ਰਿਹਣ ਸਾਹਿਬ, ਅੱਜ ਕੀ ਸਾਰਾ ਪ੍ਰੋਗਰਾਮ ਸੀ ਜੀ? ਇਹ ਪ੍ਰੋਗਰਾਮ ਸੀ ਜੀ, ਅੱਜ ਲੋਕ ਇਨਸਾਫ ਪਾਰਟੀ ਨੂੰ ਬੜਾ ਬਲ ਮਿਲਿਆ। ਸਾਡੇ ਭੈਣ ਰਾਜਵਿੰਦਰ ਕੌਰ ਜੀ ਸ਼ਿਵ ਨਗਰ ਕਲੋਨੀ 'ਚ ਰਹਿੰਦੇ ਆ, ਗਲੀ ਨੰਬਰ 3 'ਚ, ਸੁਹਾਗ ਪੈਲਸ ਦੇ ਨਜ਼ਦੀਕ। ਇਹਨਾਂ ਨੂੰ ਇੱਕ ਦੋ ਦਿਨ ਹੋਏ ਸਾਨੂੰ ਮਿਲੇ, ਨਰਿੰਦਰ ਭੈਣ ਜੀ ਪੁਰੇਵਾਲ ਨੇ ਇਹਨਾਂ ਦੇ ਨਾਲ ਮਿਲੇ ਸੀ, ਅਤੇ ਮੈਨੂੰ ਇਹਨਾਂ ਦੀਆਂ ਗੱਲਾਂ 'ਚ ਬੜਾ ਇੱਕ ਜਜ਼ਬਾ ਲੱਗਿਆ। ਅਤੇ ਮੈਂ ਇਹਨਾਂ ਨੂੰ ਕਿਹਾ ਵੀ ਭੈਣ ਜੀ, ਮੈਂ ਤਾਂ ਤੁਹਾਨੂੰ ਇੱਕ ਬੜੇ ਤਕੜੇ ਨੇਤਾ ਦੀ ਤਰ੍ਹਾਂ ਦੇਖਣਾ ਚਾਹੁੰਦਾ, ਜਿੱਦਾਂ ਦੀਆਂ ਤੁਹਾਡੇ ਮਨ ਦੇ ਅੰਦਰ ਗਹਿਰਾਈਆਂ ਨੇ, ਜੋ ਤੁਸੀਂ ਸੋਚ ਰੱਖਦੇ ਹੋ, ਇਹ ਸੋਚ ਜਿਹੜੀ ਆ ਇਹ ਲੋਕ ਇਨਸਾਫ ਪਾਰਟੀ ਨਾਲ ਸੋਚ ਰਲਦੀ ਆ। ਅਤੇ ਸਰਦਾਰ ਸਿਮਰਜੀਤ ਸਿੰਘ ਬੈਂਸ ਉਹਨਾਂ ਵੱਲੋਂ ਇਹ ਜਾਣਦੇ ਸੀ, ਕਹਿੰਦੇ ਵੀ ਮੈਂ ਤਾਂ ਉਹਨਾਂ ਵੱਲੋਂ ਜਾਣਦੀ ਰਹਿੰਦੀ ਹਾਂ, ਅਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਭ੍ਰਿਸ਼ਟਾਚਾਰੀਆਂ ਨੂੰ, ਅਫਸਰਾਂ ਨੂੰ ਫੜ ਕੇ ਅਤੇ ਉਹਨਾਂ ਨੂੰ ਸੁਰੱਖਾ ਦੇ ਵਿੱਚ ਦਿੰਦੇ ਆ। ਮੈਂ ਬਸ ਫਿਰ ਮੈਨੂੰ ਤੁਹਾਡਾ ਸਾਥ ਚਾਹੀਦਾ ਬਟਾਲੇ ਦੇ ਵਿੱਚ, ਮੈਨੂੰ ਇੱਕ ਬਹੁਤ ਵਧੀਆ ਲੇਡੀਜ਼ ਭੈਣ ਚਾਹੀਦੀ ਆ ਜਿਹੜੀ ਸਾਨੂੰ ਸਾਡੀ ਪਾਰਟੀ ਦੇ ਵਿੱਚ ਸਾਥ ਦੇ। ਉਹ ਫਿਰ ਗੱਲ ਕਰਦੇ ਆ, ਇਹਨਾਂ ਨੇ ਮੈਨੂੰ ਕਿਹਾ ਕਿ ਸੰਡੇ ਤੁਸੀਂ ਪ੍ਰੋਗਰਾਮ ਰੱਖੋ, ਅਤੇ ਮੇਰੇ ਕੋਲ ਬੀਬੀਆਂ ਭੈਣਾਂ ਮੇਰੇ ਵਰਗੀਆਂ ਹੀ ਨੇ, ਅਤੇ ਸਾਡੇ 'ਚ ਜਜ਼ਬਾ ਹੈ ਸਾਰੀਆਂ ਭੈਣਾਂ 'ਚ। ਅਤੇ ਫਿਰ ਅੱਜ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਆਪਣੇ ਘਰ ਹੀ, ਇਹਨਾਂ ਨੇ ਗ੍ਰਹਿ ਵਿਖੇ ਰੱਖਿਆ ਪ੍ਰੋਗਰਾਮ, ਅਤੇ ਮੈਂ ਆਇਆ ਵਾਂ। ਇਹਨਾਂ ਨੂੰ ਬਟਾਲਾ ਹਲਕੇ ਦੇ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਅੱਜ, ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਇੰਨਾ ਪਤਾ ਕਿ ਬਟਾਲੇ ਹਲਕੇ ਦੇ ਵਿੱਚ ਜਿੰਨਾ ਵੀ ਵੂਮੈਨ ਸੈੱਲ ਹੈ, ਮੇਰੀ ਭੈਣ ਨੇ ਮਹੀਨਾ 2 ਮਹੀਨੇ ਦੇ ਵਿੱਚ ਉਹ ਸਾਰਾ ਕਵਰ ਕਰ ਦੇਣਾ, ਕਿਉਂਕਿ ਇਲੈਕਸ਼ਨ ਆ ਰਹੀ ਹੈ ਕਾਰਪੋਰੇਸ਼ਨ ਦੀ, ਅਤੇ ਸਾਨੂੰ ਭੈਣਾਂ ਵੀ ਚਾਹੀਦੀਆਂ ਐਮ ਸੀ, ਬਲਕਿ ਅਸੀਂ ਭੈਣਾਂ ਨੂੰ ਜ਼ਿਆਦਾ ਜ਼ੋਰ ਦੇਵਾਂਗੇ। ਸਾਨੂੰ ਪਤਾ ਜਿੱਥੇ ਮਾਤਾ ਚੰਡੀ ਦਾ ਆ ਜਾਂਦਾ ਵਿੱਚ ਆਸ਼ੀਰਵਾਦ, ਉਹ ਤੋਂ ਵੱਧ ਕੇ ਕੁਛ ਨਹੀਂ ਹੈ। ਅਤੇ ਜਿਸ ਤਰ੍ਹਾਂ ਦੀਆਂ ਸਾਡੇ ਬਟਾਲੇ ਦੇ ਵਿੱਚ ਅਣਹੋਣੀਆਂ ਹੋ ਰਹੀਆਂ ਨੇ, ਜੋ ਲੀਡਰਸ਼ਿਪ ਸਾਡੇ ਨਾਲ ਕਰ ਰਹੀ ਹੈ, ਇਹ ਅਣਹੋਣੀ ਵਾਲੀ ਗੱਲ ਹੈ। ਜਿਹੜੀ ਚੀਜ਼ ਨਹੀਂ ਮੰਨੀ ਉਹਨੂੰ ਬਣਾਉਣਾ, ਜੇ ਅੰਦਰਲਾ ਹਸਰੀ ਦਾ ਪੋਲ ਆ, ਚੰਗਾ ਭਲਾ ਸੀ, ਕਿਸੇ ਵੀ ਜਨਤਾ ਨੇ, ਇੱਕ ਮੈਂਬਰ ਨੇ ਵੀ ਬਟਾਲੇ ਦੇ ਨੇ, ਕਿਸੇ ਨੇ ਉਂਗਲ ਖੜੀ ਕਰਕੇ ਨਹੀਂ ਕਿਹਾ ਕਿ ਉਹਦਾ ਕੋਈ ਉਹਨੂੰ ਤੁਸੀਂ ਤੋੜ ਕੇ ਅਤੇ ਦੁਬਾਰਾ ਬਣਾਓ। ਉਹਦੇ ਉੱਤੇ 2-4 ਕਰੋੜ ਰੁਪਈਆ ਵੀ ਲੱਗ ਜਾਣਾ। ਜਿੰਨੇ ਉੱਥੇ ਕਾਰੋਬਾਰੀ ਮਤਲਬ ਕਾਰੋਬਾਰ ਕਰਨ ਵਾਲੀਆਂ ਦੁਕਾਨਾਂ ਨੇ, ਉਹ ਸਾਰੇ ਹੁਣ ਪੁਲ ਵੱਲ ਵੇਖਣ ਡਏ ਆ, ਅਤੇ ਪੁਲ ਦਾ ਬੇੜਾ ਗਰਕ ਕਰਦਾ। ਚੰਗਾ ਭਲਾ ਪੁਲ ਮੈਂ ਲਾਈਵ ਵੀ ਪਾਇਆ ਸੀਗਾ, ਉਹ ਐਡਾ ਵਧੀਆ ਪੁਲ ਉਹਨੂੰ ਤੋੜ ਦਿੱਤਾ। ਬਲਕਿ ਬਟਾਲੇ ਦੇ ਵਿੱਚ ਸਭ ਤੋਂ ਮੇਨ ਜ਼ਰੂਰੀ ਕੰਮ ਹੈ ਸੀਵਰੇਜ ਦਾ, ਕਿਉਂਕਿ ਸਭ ਤੋਂ ਵੱਡਾ ਕੋਲ ਹੈ ਸੀਵਰੇਜ। ਪਰ ਮੈਨੂੰ ਇੱਕ ਬੜੀ ਖੁਸ਼ੀ ਹੋਈ ਹੈ ਕਿ ਮੈਂ ਸ਼ਿਵਨਗਰ ਆਇਆ, ਇੱਥੇ ਸੀਵਰੇਜ ਦਾ ਪ੍ਰਬੰਧ ਹੈ। ਵੇਖੋ ਜਿੱਥੇ, ਔਰ ਬਟਾਲੇ 'ਚ ਇਹ ਪਹਿਲੀ ਕਲੋਨੀ ਹੈ ਜਿਹੜੀ ਬਿਲਕੁਲ ਸਾਫ਼ ਸੁਥਰੀ ਹੈ। ਵੇਖੋ ਜੀ, ਜਿਹੜੀ ਫਿਲਹਾਲ ਇਲੈਕਸ਼ਨ ਆ ਰਹੀ ਹੈ ਕਾਰਪੋਰੇਸ਼ਨ ਦੀ, ਇਹਦੇ ਵਿੱਚ ਸਾਡੇ ਮੈਂਬਰ ਹਰ ਵਾਰਡ ਦੇ ਵਿੱਚ ਖਲੋਣਗੇ, ਚਾਹੇ ਉਹ 42 ਵਾਰਡ ਬਣਨ, ਚਾਹੇ ਉਹ 44 ਬਣਦੇ ਆ, ਜੋ ਵੀ ਇਹ ਬਣਾਉਂਦੇ ਆ, ਜਿੰਨੇ ਵੀ ਬਣਨਗੇ, ਉਹਦੇ ਵਿੱਚ ਸਾਡੇ ਮੈਂਬਰ ਜ਼ਰੂਰ ਖਲੋਣਗੇ। ਪੂਰਾ ਅਸੀਂ ਸਾਥ ਦੇਵਾਂਗੇ। ਔਰ ਸਰਦਾਰ ਸਿਮਰਜੀਤ ਸਿੰਘ ਬੈਂਸ ਉਹਨਾਂ ਦੀ ਜੋ ਸੋਚ ਹੈ, ਉਹਨਾਂ ਦੀ ਸੋਚ 'ਤੇ ਪੂਰਾ ਪਹਿਰਾ ਦੇਵਾਂਗੇ। ਜਿਸ ਤਰ੍ਹਾਂ ਉਹ ਕਰਦੇ ਆ, ਉਸੇ ਤਰ੍ਹਾਂ ਹੀ ਜਿੰਨੇ ਵੀ ਮੈਂਬਰ ਬਣ ਰਹੇ ਆ, ਸਾਰੇ ਉਹਨਾਂ ਦੇ ਮਗਰ ਚੱਲਣਗੇ।
ਮੈਂ ਰਾਜਵਿੰਦਰ ਕੌਰ ਵਾਸੀ ਸ਼ਿਵ ਨਗਰ। ਅੱਜ ਸਾਡੇ ਗ੍ਰਹਿ ਵਿਖੇ ਵਿਜੇ ਤ੍ਰੇਹਨ ਜੀ ਲੋਕ ਇਨਸਾਫ ਪਾਰਟੀ ਵੱਲੋਂ ਜਿਨ੍ਹਾਂ ਨੂੰ ਮੈਂ ਆਪਣੀ ਇੱਛਾ ਜ਼ਾਹਿਰ ਕੀਤੀ ਸੀ ਕਿ ਅਸੀਂ ਤੁਹਾਡੀ ਪਾਰਟੀ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਹਾਂ, ਅਤੇ ਅੱਜ ਉਹਨਾਂ ਨੇ ਇੱਕ ਵੱਡੀ ਜ਼ਿੰਮੇਵਾਰੀ ਮੈਨੂੰ ਸੌਂਪਦੇ ਹੋਏ ਅਸੀਂ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਾਂਗੇ। ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵਿਜੇ ਤ੍ਰੇਹਨ ਜੀ ਦਾ, ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਔਰ ਮੈਨੂੰ ਅੱਗੇ ਆਉਣ ਦਾ ਮੌਕਾ ਦਿੱਤਾ। ਅਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਪਾਰਟੀ ਵਾਸਤੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਪਾਰਟੀ ਦਾ ਨਾਂ ਉੱਚਾ ਚੁੱਕਣ ਦੀ ਕੋਸ਼ਿਸ਼ ਕਰਾਂਗੇ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ